ਉਹੀ ਮਦਰ ਜਿਹੜੀ ਸ਼ਾਇਦ ਸਟੇਜ ਤੇ ਜਾ ਕੇ ਬਹੁਤ ਕੁਝ ਕਹਿੰਦੀ ਹੈ ਕਿ ਹਾਂ ਔਰਤਾਂ ਨੂੰ ਹਮੇਸ਼ਾ ਆਜ਼ਾਦੀ ਚਾਹੀਦੀ ਹੈ, ਲੇਡੀਜ਼ ਨੂੰ ਆਪਣੇ ਲਈ ਖੜੇ ਹੋਣਾ ਚਾਹੀਦਾ ਹੈ, ਉਹੀ ਔਰਤ ਘਰ ਦੇ ਵਿੱਚ ਮਾਰ ਖਾ ਰਹੀ ਹੈ। ਸਿੰਗਲ ਹੋਣਾ ਉਸ ਵੇਲੇ ਲੱਗਾ ਹੁੰਦਾ ਸੀਗਾ ਕਿ ਯਾਰ ਬਹੁਤ ਬਹੁਤ ਗਲਤ ਹੈ, ਸੁਸਾਇਟੀ ਕੀ ਕਹੇਗੀ, ਮੇਲਸ ਜਿਹੜੇ ਹੁੰਦੇ ਆ ਉਹਨਾਂ ਦੀਆਂ ਨਜ਼ਰਾਂ ਬੜੀਆਂ ਖਰਾਬ ਹੋ ਜਾਂਦੀਆਂ। ਅੱਛਾ, ਔਰਤ ਇਕੱਲੀ ਹੈ, ਅਵੇਲੇਬਲ ਹੈ, ਕਿਸੇ ਨਾਲ ਵੀ ਕੁਛ ਵੀ ਕਰ ਸਕਦੀ ਹੈ, ਰਿਲੇਸ਼ਨ ਨਹੀਂ, ਡਿਸਟਰਬੈਂਸਿਸ ਹੋ ਰਹੀਆਂ, ਪੈਸੇ ਦੀ ਟੈਨਸ਼ਨ ਹੋ ਰਹੀ ਹੈ, ਕੰਮ ਨਹੀਂ ਮਿਲ ਰਿਹਾ, ਐਂਡ ਉਹ ਸਾਰੀਆਂ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਮੇਰੇ 'ਤੇ ਹਾਵੀ ਹੋ ਗਈਆਂ ਕਿ ਇੱਕ ਦਿਨ ਮੈਂ ਸੁਸਾਈਡ ਟਰਾਈ ਕਰ। ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਜਦੋਂ ਬਹੁਤ ਛੋਟੀ ਸੀਗੀ, ਇੱਕ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਸਾਡੀ ਲਾਈਫ ਦੇ ਵਿੱਚ, ਫਾਦਰ। ਮੇਰੀ ਲਾਈਫ 'ਚ ਫਾਦਰ ਜਿਹੜੇ ਹੈਗੇ ਸੀ ਉਹ 13 ਸਾਲ ਦੀ ਉਮਰ 'ਚ ਚਲੇ ਗਏ ਸੀ। ਐਂਡ ਉਸ ਤੋਂ ਬਾਅਦ ਜਿੱਦਾਂ ਹੁੰਦਾ ਕਿ ਇਨਸਾਨ ਲੱਭਦਾ ਕਿ ਆਪਣੇ ਫਾਦਰ ਵਰਗੀ ਫਿਗਰ ਸ਼ਾਇਦ ਕਿਸੇ ਹੋਰ ਬੰਦੇ 'ਚ ਦਿਸੇ, ਟਰਾਈ ਕੀਤਾ। ਐਂਡ ਕਾਲੀ ਅੱਗੇ ਟੋਏ ਵਾਲੀ ਗੱਲ ਹੁੰਦੀ ਹੈ ਕਿ 20 ਸਾਲ ਦੀ ਉਮਰ 'ਚ ਮੈਂ ਮੈਰਿਜ ਵੀ ਕਰਾ ਲਈ, 22 ਸਾਲ ਦੀ ਉਮਰ 'ਚ ਬੱਚਾ ਵੀ ਹੋ ਗਿਆ, 2 ਬੇਟੀਆਂ ਨੇ ਮੇਰੀਆਂ। ਪਰ ਸਿਚੁਏਸ਼ਨਸ ਕੋਈ ਬਹੁਤ ਵਧੀਆ ਨਹੀਂ ਸੀ। ਜਿੱਦਾਂ ਲੱਗਦਾ ਹੁੰਦਾ ਕਿ ਅਸੀਂ ਸੁਪਨੇ ਲੈਂਦੇ ਹਾਂ ਕਿ ਬਹੁਤ ਅੱਛਾ ਜਦੋਂ ਮੈਰਿਜ ਹੋ ਜਾਂਦੀ ਹੈ ਤਾਂ ਹੈਪੀਲੀ ਰਹਿੰਦਾ ਬਾਅਦ 'ਚ ਬੰਦਾ, ਐਸਾ ਕੁਛ ਨਹੀਂ ਸੀ। ਸਿਚੁਏਸ਼ਨਸ ਬਹੁਤ ਖਰਾਬ ਵੀ ਹੋਈਆਂ, ਮਾਰ ਕੁਟਾਈ ਤੱਕ ਪਹੁੰਚੀਆਂ। ਜਦੋਂ ਦੂਸਰੀ ਬੇਟੀ ਹੋਈ ਤਾਂ ਫਿਰ ਮੈਨੂੰ ਇੰਝ ਲੱਗਾ ਕਿ ਨਹੀਂ, ਹੁਣ ਮੈਂ ਕੋਪ ਅਪ ਨਹੀਂ ਕਰ ਸਕਦੀ। ਮੇ ਬੀ ਬੱਚੇ ਦੇਖ ਰਹੇ ਹੈ ਸਾਹਮਣੇ, ਉਹਨਾਂ ਨੂੰ ਪਤਾ ਲੱਗ ਰਿਹਾ ਕਿ ਲੜਾਈਆਂ ਹੋ ਰਹੀਆਂ। ਉਹੀ ਮਦਰ ਜਿਹੜੀ ਸ਼ਾਇਦ ਸਟੇਜ 'ਤੇ ਜਾ ਕੇ ਬਹੁਤ ਕੁਛ ਕਹਿੰਦੀ ਹੈ ਕਿ ਹਾਂ ਔਰਤਾਂ ਨੂੰ ਹਮੇਸ਼ਾ ਆਜ਼ਾਦੀ ਚਾਹੀਦੀ ਹੈ, ਲੇਡੀਜ਼ ਨੂੰ ਆਪਣੇ ਲਈ ਖੜੇ ਹੋਣਾ ਚਾਹੀਦਾ ਹੈ। ਕਈ ਵਾਰੀ ਔਰਤਾਂ ਨੂੰ ਕਹਿੰਦੀ ਵੀ ਹੁੰਦੀ ਸੀ ਮੈਂ ਕਿ ਹਾਂ ਬਈ ਤੁਸੀਂ ਘਰ ਦੇ ਕੰਮ ਕਰਦੇ ਹੋ, ਕਦੇ ਥੀਏਟਰ ਵੀ ਦੇਖਿਆ ਕਰੋ ਜਾ ਕੇ। ਉਹੀ ਔਰਤ ਘਰ ਦੇ ਵਿੱਚ ਮਾਰ ਖਾ ਰਹੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਮੇਰੇ ਹਸਬੈਂਡ ਨਾਲ ਮੇਰੇ ਐਮੀਕੇਬਲ ਰਿਲੇਸ਼ਨਸ ਨਹੀਂ ਰਹੇ। ਹੀ ਵਾਜ਼ ਨਾਈਸ, ਚੰਗਾ ਬੰਦਾ ਸੀ, ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ, ਬਟ ਕਿਤੇ ਨਾ ਕਿਤੇ ਸਾਡੀ ਆਪਸ 'ਚ ਨਹੀਂ ਬਣੀ, ਹਾਰ ਕੇ ਡਿਵੋਰਸ ਹੋ ਗਿਆ। ਸਿੰਗਲ ਹੋਣਾ ਉਸ ਵੇਲੇ ਲੱਗਦਾ ਹੁੰਦਾ ਸੀਗਾ ਕਿ ਯਾਰ ਬਹੁਤ ਬਹੁਤ ਗਲਤ ਗੱਲ ਹੈ, ਸੁਸਾਇਟੀ ਕੀ ਕਹੇਗੀ, ਪੇਰੈਂਟਸ, ਜਿੱਦਾਂ ਇੱਕ ਪ੍ਰੈਸ਼ਰ ਹੁੰਦਾ ਹਰ ਵੇਲੇ, ਉਹ ਪ੍ਰੈਸ਼ਰ ਮੇਰੇ 'ਤੇ ਰਿਹਾ, ਕਾਫੀ ਰਿਹਾ। ਮੇਲਸ ਜਿਹੜੇ ਹੁੰਦੇ ਆ ਉਹਨਾਂ ਦੀਆਂ ਨਜ਼ਰਾਂ ਬੜੀਆਂ ਖਰਾਬ ਹੋ ਜਾਂਦੀਆਂ ਕਿ ਅੱਛਾ ਔਰਤ ਇਕੱਲੀ ਹੈ, ਅਵੇਲੇਬਲ ਹੈ, ਕਿਸੇ ਨਾਲ ਵੀ ਕੁਝ ਵੀ ਕਰ ਸਕਦੀ ਹੈ। ਆਪਣੇ ਆਪ ਨੂੰ ਸਟਰੋਂਗ ਕੀਤਾ ਅਤੇ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਜਿੰਨਾ ਮੈਂ ਆਪਣੇ ਆਪ 'ਤੇ ਤਰਸ ਕਰਕੇ ਲੋਕਾਂ ਨੂੰ ਇਹ ਦਿਖਾਊਂਗੀ ਕਿ ਓ ਮਾਈ ਗੋਡ ਮੈਂ ਬਹੁਤ ਦੁਖੀ ਹਾਂ, ਮੈਨੂੰ ਸੱਚੀ ਮੁੱਚੀ ਕਿਸੇ ਦੀ ਜ਼ਰੂਰਤ ਹੈ, ਉਹਨਾਂ ਲੋਕ ਮੈਨੂੰ ਯੂਜ਼ ਕਰਨਗੇ, ਉਹਨਾਂ ਮੇਰੇ 'ਤੇ ਉਹਨਾਂ ਦਾ ਹੱਕ ਜ਼ਿਆਦਾ ਹੋ ਜਾਏਗਾ। ਸੋ ਹੌਲੀ ਹੌਲੀ ਆਪਣੇ ਆਪ ਨੂੰ ਗਰੋ ਕੀਤਾ। ਮੇਰੇ ਸੁੱਖ ਨਾਲ ਫਰੈਂਡਸ ਬਹੁਤ ਨੇ, ਐਂਡ ਬਹੁਤ ਅੱਛੇ ਫਰੈਂਡਸ ਨੇ, ਮੇਲਸ ਵੀ ਫੀਮੇਲਸ ਵੀ। ਮੈਂ ਬੋਂਬੇ ਗਈ, ਜਿੱਦਾਂ ਹਰ ਐਕਟਰ ਦੀ ਇੱਕ ਚਾਹਤ ਹੁੰਦੀ ਹੈ ਕਿ ਬੋਂਬੇ ਜਾਣਾ, ਸ਼ਾਇਦ ਬੋਂਬੇ ਜਾ ਕੇ ਤੁਹਾਡਾ ਅਲਟੀਮੇਟ ਡ੍ਰੀਮ ਪੂਰਾ ਹੋ ਜਾਏਗਾ। 3 ਸਾਲ ਮੈਂ ਉੱਥੇ ਲਗਾਏ ਪਾਰਸ਼ਲੀ, ਅਤੇ ਉੱਥੇ ਜਾ ਕੇ ਪ੍ਰੈਸ਼ਰ ਪੈ ਗਿਆ, ਜ਼ਿਆਦਾ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ। ਬੱਚੇ ਮੇਰੇ ਕੋਲ ਨਹੀਂ ਸੀ, ਮਾਮਾ ਸੰਭਾਲ ਰਹੇ ਸੀ, ਰਿਲੇਸ਼ਨ ਨਹੀਂ, ਡਿਸਟਰਬੈਂਸਿਸ ਹੋ ਰਹੀਆਂ, ਪੈਸੇ ਦੀ ਟੈਨਸ਼ਨ ਹੋ ਰਹੀ ਹੈ, ਕੰਮ ਨਹੀਂ ਮਿਲ ਰਿਹਾ, ਐਂਡ ਉਹ ਸਾਰੀਆਂ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਮੇਰੇ 'ਤੇ ਹਾਵੀ ਹੋ ਗਈਆਂ ਕਿ ਇੱਕ ਦਿਨ ਮੈਂ ਸੁਸਾਈਡ ਟਰਾਈ ਕਰ ਲਿਆ। ਟਰਾਈ ਕਹਿ ਸਕਦੀ ਹਾਂ ਕਿਉਂਕਿ ਮੈਂ ਮਰੀ ਨਹੀਂ। ਕਿੰਨੀਆਂ ਸਾਰੀਆਂ ਨੀਂਦ ਦੀਆਂ ਗੋਲੀਆਂ ਇਕੱਠੀਆਂ ਖਾ ਲਈਆਂ, BP ਦੀ ਪ੍ਰੋਬਲਮ ਸੀ, ਇਸ ਕਰਕੇ ਨੀਂਦ ਦੀਆਂ ਗੋਲੀਆਂ ਨੋਰਮਲ ਸੀ ਮੇਰੇ ਲਈ। ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਅਹਿਸਾਸ ਹੋਇਆ ਕਿ ਮੈਂ ਸੈਲਫ ਸੈਂਟਰਡ ਹੋ ਕੇ ਸੋਚ ਰਹੀ ਸੀ। ਮੈਂ ਇਹ ਬਿਲਕੁਲ ਨਹੀਂ ਸੋਚਿਆ ਕਿ ਮੇਰੀਆਂ ਬੇਟੀਆਂ ਦਾ ਕੀ ਬਣੇਗਾ, ਜੇ ਮੈਂ ਨਾ ਰਹੀ ਤਾਂ ਮੇਰੇ ਮਰਨ ਤੋਂ ਬਾਅਦ ਲੋਕ ਕੀ ਕਿਆਸ ਲਗਾਉਣਗੇ, ਕੀ ਗੱਲਾਂ ਕਰਨਗੇ ਮੇਰੇ ਬਾਰੇ। ਬਟ ਲੱਕੀਲੀ ਬੋਂਬੇ ਵੀ ਮੇਰੇ ਬਹੁਤ ਅੱਛੇ ਫਰੈਂਡ ਸੀ, ਉਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਅਗਰ ਇਹ ਅਸੀਂ ਉਹਦੇ ਕੋਲ ਗਏ, ਹੈਲਪ ਕੀਤੀ ਤਾਂ ਕੀ ਹੋਏਗਾ।
ਪੁਲਿਸ ਦਾ ਚੱਕਰ ਪੈ ਸਕਦਾ ਹੈ, ਹੋਸਪਿਟਲ ਵਾਲੇ ਕੁਝ ਪੁੱਛ ਸਕਦੇ ਹੈ, ਜਾਂ ਉਹਨਾਂ ਦੇ ਉੱਤੇ ਵੀ ਇੱਕ ਕੇਸ ਬਣ ਸਕਦਾ ਹੈ। ਐਂਡ ਉਹਨਾਂ ਨੇ ਮੇਰੀ ਹੈਲਪ ਕੀਤੀ। ਉਸ ਤੋਂ ਬਾਅਦ ਅਹਿਸਾਸ ਹੋਇਆ ਜਦੋਂ ਮੈਨੂੰ ਸੈਕਿੰਡ ਚਾਂਸ ਮਿਲਿਆ ਲਾਈਫ ਦਾ ਕਿ ਲਾਈਫ ਐਕਚੁਅਲੀ ਬਹੁਤ ਪਿਆਰੀ ਹੈ। ਡਿਸਟਰਬੈਂਸਿਸ ਹੁੰਦੀਆਂ, ਪਰੇਸ਼ਾਨੀਆਂ ਆਉਂਦੀਆਂ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਸੀਂ ਸ਼ਾਇਦ ਐਕਸਪੈਕਟ ਵੀ ਨਹੀਂ ਕੀਤੀਆਂ ਹੁੰਦੀਆਂ, ਕਿਉਂਕਿ ਅਸੀਂ ਸੋਚਦੇ ਹਾਂ ਹਮੇਸ਼ਾ ਕਿ ਸਾਡੀ ਮਰਜ਼ੀ ਨਾਲ, ਸਾਡੀਆਂ ਪਲੈਨਿੰਗਸ ਨਾਲ ਲਾਈਫ ਚੱਲੇਗੀ, ਬਟ ਇੱਦਾਂ ਨਹੀਂ ਹੁੰਦਾ। ਇਹ ਕੋਈ ਸਕ੍ਰਿਪਟ ਨਹੀਂ ਹੈ ਪਹਿਲਾਂ ਹੀ ਲਿਖੀ ਹੋਈ ਬੌਂਡ ਸਕ੍ਰਿਪਟ ਕਿ ਹਾਂ ਤੁਹਾਨੂੰ ਮਿਲ ਗਈ ਹੈ, ਹੁਣ ਤੁਸੀਂ ਰਿਹਰਸਲਸ ਕਰੋ ਅਤੇ ਪਰਫੋਰਮ ਕਰੋ। ਜਿੱਦਾਂ ਜਿੱਦਾਂ ਚੀਜ਼ਾਂ ਆਈਆਂ ਮੈਂ ਅਸੈਪਟ ਕੀਤਾ। ਜਦੋਂ ਲਾਈਫ ਦਾ ਸੈਕਿੰਡ ਚੈਪਟਰ ਸ਼ੁਰੂ ਹੋਇਆ ਆਫਟਰ ਸੁਸਾਈਡ, ਮੈਂ ਹਮੇਸ਼ਾ ਇਹੀ ਸੋਚਿਆ ਕਿ ਹੁਣ ਜੋ ਮਰਜ਼ੀ ਹੋ ਜਾਵੇ ਮੈਂ ਹੈਲਪ ਕਰਨੀ ਹੈ, ਲੋਕਾਂ ਦੀ ਹੈਲਪ ਕਰਨੀ ਹੈ। ਕਾਫੀ ਸਾਰਿਆਂ ਨਾਲ ਮੈਂ ਗੱਲਬਾਤ ਕਰਦੀ ਰਹਿੰਦੀ ਹਾਂ, ਕਿਉਂਕਿ ਸ਼ਾਇਦ ਕਿਤੇ ਨਾ ਕਿਤੇ ਡਿਪਰੈਸ਼ਨ ਜਾਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਸਾਡੀਆਂ ਉਹ ਇਸੇ ਕਰਕੇ ਹੁੰਦੀਆਂ ਕਿਉਂਕਿ ਅਸੀਂ ਗੱਲ ਨਹੀਂ ਕਰਦੇ, ਅਸੀਂ ਸ਼ੇਅਰ ਨਹੀਂ ਕਰਦੇ। ਇਸ ਸਾਲ ਇੱਕ ਬੜੀ ਖਤਰਨਾਕ ਘਟਨਾ ਹੋਈ। ਮੇਰੀ ਬਹੁਤ ਪਿਆਰੀ ਦੋਸਤ, ਉਹ ਵੀ ਐਕਟਰੈਸ ਸੀ, ਉਹਨੇ ਸੁਸਾਈਡ ਕਰ ਲਿਆ, ਪੱਖੇ ਨਾਲ ਲਟਕ ਕੇ ਮਰ ਗਈ। ਉਹਦੇ ਬੇਟੇ ਨੇ ਉਹਨੂੰ ਫਾਂਸੀ ਤੋਂ ਉਤਾਰਿਆ। ਸ਼ਾਮੀ ਇਹ ਗੱਲ ਹੋਈ, 27 ਮਾਰਚ ਵਰਲਡ ਥੀਏਟਰ ਡੇ। ਅਗਲੇ ਦਿਨ ਸਵੇਰੇ ਮੈਂ ਘਰ ਗਈ, ਉਹਦਾ ਬੇਟਾ ਮੇਰੇ ਨਾਲ ਜੱਫੀ ਪਾ ਕੇ ਕਹਿੰਦਾ, ਮਾਸੀ ਕਿੰਨਾ ਔਖਾ ਹੁੰਦਾ ਹੈ ਆਪਣੀ ਮਾਂ ਨੂੰ ਫਾਂਸੀ ਦੇ ਫੰਦੇ ਤੋਂ ਲਾਹਣਾ। ਮੇਰੇ ਲਈ ਇੰਨਾ ਕੁ ਜ਼ਿਆਦਾ ਇੱਕ ਦੁੱਖ ਵਾਲੀ ਘਟਨਾ ਸੀ ਕਿ ਮੈਂ ਫੇਸਬੁੱਕ 'ਤੇ ਪਾਇਆ, ਮੈਂ ਲਾਈਵ ਹੋਈ, ਮੈਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਅਤੇ ਇੱਕ ਮੁਹਿੰਮ ਚਲਾਈ ਹੈ। ਉਹ ਹੁਣ ਵੀ ਹੈ, ਮੈਂ ਹਰ ਇੱਕ ਨੂੰ ਆਪਣਾ ਫੋਨ ਨੰਬਰ ਦਿੰਦੀ ਹਾਂ, ਮੈਂ ਗੱਲ ਕਰਦੀ ਹਾਂ। ਕਿਸੇ ਨੂੰ ਵੀ ਕੋਈ ਡਿਪਰੈਸ਼ਨ ਹੈ, ਕੋਈ ਪ੍ਰੋਬਲਮ ਹੈ, ਕੁਛ ਵੀ ਹੈ, ਜਸਟ ਟੋਕ, ਗੱਲ ਕਰੋ, ਮੇਰੇ ਨਾਲ ਗੱਲ ਕਰੋ। ਅਗਰ ਤੁਹਾਨੂੰ ਲੱਗਦਾ ਹੈ ਕਿ ਹਾਂ ਮੈਂ ਆਪਣੀ ਮਦਰ ਨਾਲ ਗੱਲ ਨਹੀਂ ਕਰ ਸਕਦੀ, ਮੈਂ ਆਪਣੀ ਸਿਸਟਰ ਨਾਲ, ਫਰੈਂਡ ਨਾਲ, ਬੋਏਫ੍ਰੈਂਡ ਨਾਲ, ਹਸਬੈਂਡ ਨਾਲ, ਕਿਸੇ ਨਾਲ ਗੱਲ ਨਹੀਂ ਕਰ ਸਕਦੀ ਜਾਂ ਕਰ ਸਕਦਾ, ਤਾਂ ਮੇਰੇ ਨਾਲ ਗੱਲ ਕਰੋ। ਐਂਡ ਇੰਨੇ ਲੋਕ ਆਏ, ਇੰਨੇ ਲੋਕ ਜਿਹੜੇ ਸ਼ਾਇਦ ਮੇਰੇ ਨਾਲ ਫੇਸਬੁੱਕ 'ਤੇ ਜੁੜੇ ਹੋਏ ਸੀ, ਅਦਰਵਾਈਜ਼ ਫਰੈਂਡ ਸੀ, ਉਹਨਾਂ ਨੂੰ ਇੱਕ ਫੇਥ ਮਿਲਿਆ। ਐਂਡ ਜੇ ਹੁਣ ਤੱਕ ਮੈਂ 100 ਬੰਦਿਆਂ ਨਾਲ ਗੱਲ ਕੀਤੀ ਹੋਊਗੀ, 100 ਲੋਕਾਂ ਨੇ ਮੈਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਹੋਣਗੀਆਂ, ਤਾਂ ਕਿਤੇ ਨਾ ਕਿਤੇ ਉਹਨਾਂ ਵਿੱਚੋਂ ਘੱਟੋ ਘੱਟ ਨਹੀਂ ਤਾਂ 3-4-5 ਲੋਕਾਂ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ ਹੋਵੇਗਾ। ਕਿਉਂਕਿ ਉਸ ਫਰੈਂਡ ਜਿਹਨੇ ਖੁਦਕੁਸ਼ੀ ਕਰ ਲਈ ਸੀ, ਉਹਨੇ ਵੀ ਮੈਨੂੰ ਫੋਨ ਕੀਤਾ ਸੀ ਉਸ ਦੁਪਹਿਰ ਜਦੋਂ ਫਾਂਸੀ ਲੈਣ ਲੱਗੀ ਸੀ, ਅਤੇ ਮੈਂ ਅਵੇਲੇਬਲ ਨਹੀਂ ਸੀ, ਮੈਂ ਸਵਿੱਚ ਆਫ ਕਰਕੇ ਫੋਨ ਆਪਣਾ ਛੱਡਿਆ ਹੋਇਆ ਸੀਗਾ ਕਿਤੇ, ਪਰ ਹੁਣ ਨਹੀਂ ਛੱਡਦੀ। ਸੋ ਫਰੈਂਡਸ, ਲਾਈਫ ਬਹੁਤ ਇੰਪੋਰਟੈਂਟ ਹੈ। ਭਾਵੇਂ ਜਿੰਨੇ ਮਰਜ਼ੀ ਦੁੱਖ 'ਚ ਹੋਵੋ, ਜਿੰਨੀ ਮਰਜ਼ੀ ਪ੍ਰੋਬਲਮ 'ਚ ਹੋਵੋ, ਪਰ ਜ਼ਿੰਦਗੀ ਇੱਕ ਵਾਰੀ ਮਿਲੀ ਹੈ। ਮੈਨੂੰ ਦੂਸਰਾ ਚਾਂਸ ਮਿਲ ਗਿਆ, ਪਰ ਹਰ ਇੱਕ ਨੂੰ ਦੂਸਰਾ ਚਾਂਸ ਨਹੀਂ ਮਿਲਦਾ। ਬਹੁਤ ਸਾਰੇ ਲੋਕ ਮੈਂ ਐਸੇ ਦੇਖੇ ਆ ਜਿਹੜੇ ਜਦੋਂ ਸੁਸਾਈਡ ਅਟੈਂਪਟ ਕਰ ਲੈਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਫੱਕ, ਆਹ ਕੀ ਕਰ ਲਿਆ, ਨਹੀਂ ਸੀ ਕਰਨਾ ਚਾਹੀਦਾ ਮੈਨੂੰ। ਐਂਡ ਤਰਲੇ ਕੱਢਦੇ ਆ, ਪਲੀਜ਼ ਮੈਨੂੰ ਬਚਾ ਲਓ, ਪਲੀਜ਼, ਮਾਂ ਪਿਓ ਦੇ ਤਰਲੇ ਕੱਢਦੇ ਆ, ਫਰੈਂਡਸ ਦੇ, ਡਾਕਟਰਸ ਦੇ, ਪਰ ਉਹ ਬਚਦੇ ਨਹੀਂ। ਸੋ ਇੱਕ ਛੋਟੀ ਜਿਹੀ ਪ੍ਰੋਬਲਮ, ਇੱਕ ਛੋਟਾ, ਉਹ ਛੋਟੀ ਹੈ ਕਿਉਂਕਿ ਲਾਈਫ ਬਹੁਤ ਵੱਡੀ ਹੈ, ਇਸ ਕਰਕੇ ਇੱਕ ਛੋਟੀ ਜਿਹੀ ਪ੍ਰੋਬਲਮ ਕਰਕੇ ਤੁਸੀਂ ਆਪਣੀ ਲਾਈਫ ਖਤਮ ਨਾ ਕਰੋ। ਸੋ ਲੇਡੀਜ਼ ਐਂਡ ਜੈਂਟਲਮੈਨ, ਬੋਇਜ਼ ਐਂਡ ਗਰਲਸ, ਲਾਈਫ ਇਜ਼ ਅ ਸਟੇਜ, ਰਿਹਰਸ ਯੋਰ ਲਾਈਨਸ, ਬਟ ਜ਼ਰੂਰੀ ਨਹੀਂ ਹੈ ਕਿ ਉਹੀ ਲਾਈਨਸ ਤੁਸੀਂ ਪਰਫੋਰਮ ਵੀ ਕਰੋ, ਪਰ ਹਾਂ ਕੁਝ ਵੀ ਪਰਫੋਰਮ ਕਰੋ, ਫੱਟੇ ਚੱਕ ਰਹੇ। ਥੈਂਕ ਯੂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।